ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਮੁੰਬਈ ਵਿੱਚ ਫਿਲਮਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੀ ਇਜਾਜ਼ਤ ਤੋਂ ਬਾਅਦ ਹੀ ਫਿਲਮ ਥੀਏਟਰ ਵਿੱਚ ਆਉਂਦੀ ਹੈ। ਉਹਨਾਂ ਨੇ ਬਾਈਕਾਟ ਟ੍ਰੈਂਡ ਤੇ ਗੱਲ ਕਰਦਿਆਂ ਕਿਹਾ ਕਿ ਭਾਰਤੀ ਫਿਲਮਾਂ ਅੱਜ ਵਿਸ਼ਵ ਪੱਧਰ ਤੇ ਆਪਣਾ ਨਾਂ ਬਣਾ ਰਹੀਆਂ ਨੇ। ਇਸ ਦੌਰਾਨ ਬਾਈਕਾਟ ਵਰਗੀਆਂ ਗੱਲਾਂ ਮਾਹੌਲ ਤੇ ਮਾੜਾ ਅਸਰ ਪਾਉਂਦੀਆਂ ਨੇ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਬਣਾ ਰੱਖਾ ਹੈ ਕਿ ਕੋਈ ਵੀ ਫਿਲਮ ਸਿਨੇਮਾ ਵਿੱਚ ਜੋ ਜਾਏਗੀ वो वहां से पास होकर ही जाएगी और वो उन पहलुओं पर नजर भी रखते हैं बड़ी तादाद में मेंबर्स मेम्बर्स बनाए गए हैं और जब वो वहां से उसको अनुमति मिलती है सर्टिफिकेशन मिलता है तब जाके वो सिनेमा हॉल में आती है हमारी फिल्में आज भारत से लेकर दुनिया के अलग अलग कोनों में अपना एक नाम और पहचान बना रही है तब इस तरह की बातें आने से निश्चित तौर पर कुछ प्रभाव पड़ता है